स्वागत है किसान वीरो तुहाडा अपने यूट्यूब चैनल ढिल्लो डेयरी फार्म बरनाला दे विच। सो जिहड़े किसान वीर अपने इस चैनल ते पहली बार वीडियो देख रहे आ उन्हां नूं रिक्वेस्ट आ कि अपने यूट्यूब चैनल नूं सबसक्राइब कर लिओ। सो किसी भी वीर ने इदां दी ऐड करवाउणी होवे तां मेरा कॉन्टैक्ट नंबर है 84 270 19 817। सो अज दी वीडियो विच आपां तुहानूं 7 नग दिखाउणे आ, 2 ताजे सूए होए ते 5 हैगे आ गबड़ां चंगीआं जात पात वाले दे रेट वीर दे बिलकुल वाजिब हुंदे आ। ਵੀਰ ਸੱਚਾਇਰ ਕੋਲ ਪਹੁੰਚਿਆ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ। ਇਕੱਲੇ ਇਕੱਲੇ ਨਗ ਬਾਰੇ ਰੇਟ ਅਤੇ ਡਿਟੇਲ ਆਪਾਂ ਸਾਂਝੀ ਕਰਾਂਗੇ। ਵੀਡੀਓ ਥੋੜ੍ਹੀ ਲੰਬੀ ਹੋਊਗੀ। ਪਸ਼ੂ ਚੰਗਿਆ ਸਾਫ਼ ਸੁਥਰੇ ਵਾਜਬ ਆਪਣੇ ਘਰ ਦੁੱਧ ਪੀਣ ਵਾਲੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਨਾਮ ਐਡਰੈਸ ਬੋਲਿਓ ਜੀ ਆਪਣਾ। ਨਾਮ ਚੈਨ ਸਿੰਘ ਜੀ, ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ। ਅਤੇ ਵੀਰ ਮੋਬਾਈਲ ਨੰਬਰ ਆਪਣਾ 98785 85 499 ਜੀ। 98785 85 499। ਅੱਜ ਆਪਾਂ ਟੋਟਲ ਦਿਖਾਵਾਂਗੇ ਵੀਰੇ, 7 ਨਾਗ ਹਨ।17-18 किलो पलून का दुध दिता हो। ਬਵੰਜਾ ਹਜ਼ਾਰ ਦਾ ਭਾਅ ਦੁੱਧ 19-20 ਕਿਲੋ ਤਕਰੀਬਨ ਆਰਾਮ ਨਾਲ ਦੇ ਦੋਗੀ ਤੇ ਫੇਸ ਕੁਆਲਿਟੀ ਵਗੈਰਾ ਦੇਖੋ। ਠੀਕ ਹੈ, ਚੰਗੀ ਸਮੀ ਬੜੀ ਹੈ ਜਾਤ ਪਾਤ ਵਾਲੀ। ਥਣ ਥੁਣ ਵੀ ਸੋਹਣਾ ਲੱਗਿਆ ਹੋਇਆ ਕਰਮ ਵਾਲੀ ਦੇ ਅਤੇ ਬਾਕੀ ਬੋਡੀ ਸਟਰਕਚਰ ਵੀ ਬਹੁਤ ਚੰਗਾ। 52,000 ਰੁਪਏ ਭਾਗ ਆ ਅਤੇ ਮੌਕੇ 'ਤੇ ਗੁਜਾਇਸ਼ ਵੀਰ ਕਹਿੰਦੇ ਕਰ ਦਾਂਗੇ ਦੁੱਧ 19-18-19 ਕਿਲੋ ਇਹਨੇ ਆਰਾਮ ਨਾਲ ਦੇ ਦੇਣਾ। ਸੋ ਥਣ ਵਗੈਰਾ ਨੇੜ ਤੋਂ ਇੱਕ ਵਾਰ ਫਿਰ ਦੇਖ ਲਓ, ਪੂਰਾ ਸੋਹਣਾ ਅਤੇ ਸਾਫ਼ ਸੁਥਰਾ ਵਧੀਆ ਥਣ ਦਿਖਾਉਂਦੀ ਪਿਆ ਭਾਅ। 52,000 ਦਾ ਕੱਦ ਕਾਠ ਵੀ ਚੰਗਾ। ਅਤੇ ਅੱਗੇ ਵੀਰ ਗੱਲ ਕਰ ਦੂਜੇ ਨੰਬਰ ਵਾਲੀ ਦੀ, ਗੱਬਣ ਦੀ ਆਪਾਂ। ਇਹ ਵੀਰ ਕਿਹੜਾ ਸੁਆਸ ਹੁੰਦੀ ਆ? ਦੂਜਾ ਸੁਆਸ। ਅਤੇ ਦਿਨ ਕਿੰਨੇ ਕੁ ਪਾ ਦੂਗੀ? ਹਜੇ ਹਫ਼ਤਾ ਕੁ ਰਹਿ ਗਿਆ ਬਾਈ, ਬਸ ਇੱਕ ਹਫ਼ਤਾ ਸੂਣ 'ਚ ਬਾਕੀ ਇਹਦਾ। ਇਹਦਾ ਵੀਰ ਟਾਈਮ ਕਿੰਨਾ ਕੁ ਬਾਕੀ ਆ ਸੂਣ 'ਚ? ਹਫ਼ਤਾ ਕੁ ਰਹਿ ਗਿਆ ਜੀ। ਇੱਕ ਹਫ਼ਤਾ ਦੁੱਧ ਤਕਰੀਬਨ ਕਿੰਨਾ ਕੁ ਦੇ ਦੂਗੇ? 25 ਕਿਲੋ ਖੁੱਲ੍ਹਾ ਹੀ ਦਿੱਤਾ ਹੋਇਆ ਪੜੀ ਦਾ। 25 ਕਿਲੋ ਹੈ, ਨਾੜਾ ਨੂੜਾ ਦੇਖੋ ਆ ਕੀ ਦੁੱਧ। ਠੀਕ ਹੈ, ਹਫ਼ਤਾ ਸੂਣ 'ਚ ਬਾਕੀ ਆ, ਦੁੱਧ 25 ਕਿਲੋ ਦਿੱਤਾ ਹੋਇਆ, ਨਾੜਾ ਨੂੜਾ ਯਾਰ ਬਹੁਤ ਚੰਗੀ ਹੈ ਨਾ। ਅਤੇ ਮੁੱਲ ਫਿਰ ਇਹਦਾ ਆਪਾਂ ਕੀ ਰੱਖਿਆ? ਇਹ ਦੇ ਦਿਆਂਗੇ ਵੀਰੇ 57,000 ਰੁਪਏ। 57,000 ਰੁਪਏ ਦੀ ਦੂਸਰਾ ਸੁਆਸ ਹੁੰਦੀ ਪਈ ਹਫ਼ਤਾ ਸੂਣ 'ਚ ਬਾਕੀ। ਪਾ ਦੂ ਵੀਰੇ 27-28 ਕਿਲੋ। ਕੱਚੀ ਹਾਲੇ ਜ਼ਿਆਦਾ ਲੱਗਦੀ ਹੈ ਨਾ, ਮੇਰੇ ਸਾਹਿਬ 10 ਦਿਨ ਲੈ ਜੂਗਾ ਜਿਹੜੇ ਸਾਹਿਬ ਤਕਰੀਬਨ ਹੈ ਜੀ। ਸੋ ਵੀਰੋ ਦੂਸਰੇ ਨੰਬਰ 'ਤੇ 57,000 ਦਾ ਆਪਾਂ ਦੋਨੇ ਪਾਸੇ ਬਹਿ ਕੇ ਉੱਚੋ ਹੀ ਜਾਵੇ ਜੀ, ਬੰਦਾ ਬਹੁਤ ਠੰਡੀ ਸੀ ਸਾਫ਼ ਸੁਥਰੀ ਬੈਠਾ। ਠੀਕ ਹੈ, ਅਤੇ ਬਾਕੀ ਠੰਡੀ ਵਧੀਆ ਹੈ ਨਾ, ਇਕੱਲੀ ਕੱਚੀ ਕੱਚੀ ਹੋਈ ਹੈ ਜਮਾ। ਠੀਕ ਹੈ, ਕਿੰਨੇ ਦੱਸਿਆ ਨੈੱਟ ਜੇ ਆਪਾਂ ਜਮਾ? 57,000 ਦੀ ਦੇਣ ਲੈਣੀ ਆ ਬਾਈ। ਠੀਕ ਹੈ, ਤਿਆਰ ਹੋ ਗਈ ਤਾਂ ਮੇਰੇ ਸਾਹਿਬ ਨਾਲ ਵਧੀਆ ਹੈ ਨਾ। 65,000 ਦੀ ਬੜੀ ਹੈ। ਠੀਕ ਹੈ, ਅਤੇ ਅੱਗੇ ਫਿਰ ਗੱਲ ਕਰਦੇ ਆਪਾਂ ਤੀਸਰੇ ਨੰਬਰ 'ਤੇ। ਐਰ ਸ਼ਹਿਰ ਚਾਗੀ ਬੈਠ ਇਹ, ਇਹਦਾ ਟਾਈਮ ਕਿੰਨਾ ਕੁ ਪਿਆ ਵੀਰੇ? ਮਤਲਬ ਦਿਵਾਲੀ ਦੇ ਨੇੜੇ ਜਾਊ ਜਮਾ। ਬਹੁਤ ਚੰਗੀ ਕੰਮ। ਠੀਕ ਹੈ, ਅਤੇ ਇਹਦਾ ਭਾਅ ਫਿਰ ਹੁਣ? ਠੀਕ ਹੈ, ਕੱਚੀ ਆ ਹੈ ਨਾ। ਠੀਕ ਹੈ, ਸੋ ਵੀਰੋ ਤੀਸਰੇ ਨੰਬਰ 'ਤੇ ਆਪਾਂ ਦਿਖਾਉਂਦੇ ਪਿਆ ਤੁਹਾਨੂੰ ਐਰ ਸ਼ਹਿਰ ਦੀ ਬੈਠ। ਕੱਦ ਕਾਠ ਚੰਗਾ ਹੈਗਾ, 15 ਦਿਨ ਮੰਨ ਕੇ ਚੱਲਿਓ ਸੂਣ 'ਚ ਇਹਦੇ। ਬਾਕੀ ਆ ਫੇਸ ਕੁਆਲਿਟੀ ਵਗੈਰਾ, ਪ੍ਰਿੰਟ ਵਗੈਰਾ ਦੇਖ ਸਕਦੇ ਹੋ, ਬਹੁਤ ਚੰਗੀ ਹੈ ਬ੍ਰੀਡ ਮੰਨੀ ਜਾਂਦੀ। ਫੇਸ ਕੁਆਲਿਟੀ ਵੀ ਚੰਗੀ ਹੈ, ਪ੍ਰਿੰਟ ਪ੍ਰੁੰਟ ਬਹੁਤ ਚੰਗੇ ਆ, ਦੁੱਧ ਚੰਗਾ ਵੀਰਗਾ 24-25 ਕਿਲੋ ਦਿੱਤਾ ਹੋਇਆ। ਅਤੇ ਉਦੋਂ ਵੱਧ ਸੰਭਾਵਨਾ ਗੀ ਹਾਲੇ ਇਕੱਲੀ ਸਰਦੀ ਦੇ ਮੌਸਮ 'ਚ ਆ ਗਈ, ਬਾਕੀ ਨਾੜਾਂ ਨੂੜਾਂ ਬਹੁਤ ਚੰਗੀਆਂ ਨੇ, ਲੇਵੇ 'ਚ ਵੀ ਬਹੁਤ ਚੰਗੀਆਂ ਨਾੜਾਂ ਨੇ ਬੈਠ ਦੇ। ਠੀਕ ਹੈ, ਹਾਲੇ ਕੱਚੀ ਆ ਨਾ, ਥੋੜ੍ਹੀ ਜਿਹੀ ਕੱਚੀ ਆ, ਬੈੜੀ ਬਹੁਤ ਚੰਗੀ ਹੈ ਜੀ, ਸਭ ਤੋਂ ਪਿਆਰੀ ਵੱਛੀ ਆ, ਤਿਆਰ ਹੋ ਗਈ ਨੇ, ਕੁਛ ਦਾ ਕੁਛ ਬਣ ਜਾਣਾ ਗਾ ਜਮਾ। ਵੱਛੀ ਜਾਤ ਪਾਤ ਦੇ ਵਿੱਚ ਆ, ਪ੍ਰਿੰਟ ਵਗੈਰਾ ਵੀ ਚੰਗੇ ਹੈਗੇ, ਕੁਆਲਿਟੀ ਦੇ ਵਿੱਚ ਆ ਗਈ ਪੂਰੀ ਜਮਾ। ਇਹ ਤੀਸਰੇ ਨੰਬਰ 'ਤੇ ਸੂਣ ਨੂੰ ਰੈਡੀ ਆ, 15 ਦਿਨ ਪੈਂਡਿੰਗ ਪਏ ਆ ਇਹਦੇ ਕਰਮ ਵਾਲੀ ਦੇ। ਅੱਜ ਆਪਣੇ ਕੋਲ ਜਿਹੜੀਆਂ ਵੀ ਬੈੜਾਂ ਨੇ ਜੀ, ਸਾਰੀਆਂ ਫਾਰਮ ਦੀਆਂ ਗਾਵਾਂ ਨੇ। ਠੀਕ ਹੈ, ਹਾਂ, ਲੋਕਲ ਗਾਂ ਕੋਈ ਨਹੀਂ ਲਈ ਜੀ, ਸਾਰੀਆਂ ਗਾਵਾਂ ਫਾਰਮਾਂ 'ਚੋਂ ਲਈ ਜਾਂਦੀਆਂ, ਆਪਣੇ ਕੋਲ ਉਹਦੀ ਵੀਡੀਓ ਵੀ ਸਾਰਾ ਕੁਝ ਬਣਿਆ ਹੋਇਆ ਜੀ। ਠੀਕ ਹੈ, ਮਤਲਬ ਵੀ ਸਾਰੀਆਂ ਚੰਗੇ ਦੁੱਧ ਵਾਲੀਆਂ, ਚੰਗੇ ਰਿਕਾਰਡ ਵਾਲੀਆਂ ਗਾਵਾਂ ਨੇ ਜੀ। ਠੀਕ ਹੈ, ਅਤੇ ਫਿਰ ਜਿਹੜੀ ਹੁਣ ਆਪਾਂ ਦੇਖਦੇ ਚੌਥਾ ਨੰਬਰ ਆਪਾਂ, ਹਾਂਜੀ, ਇਹਦਾ ਬਾਇਓਡਾਟਾ ਕੀ ਹੈ ਜੀ? ਇਹ ਵੀ ਦੂਜਾ ਸੂਆ ਸੋਨਾ ਬੈੜੀ ਹੈ, ਪਲੂਣ ਬੱਚੀ ਦਾ 26-27 ਕਿਲੋ ਪਲੂਣ ਦਾ ਦੁੱਧ ਕੱਢਿਆ ਹੋਇਆ। ਠੀਕ ਹੈ, ਹਫ਼ਤਾ ਰਹਿ ਗਿਆ ਸੂਣ 'ਚ? ਹਾਂ, 5-4 ਦਿਨ ਹੀ ਲਓ ਬਾਈ, ਬਸ ਹਫ਼ਤਾ ਮੰਗੋ, ਹਫ਼ਤਾ ਤਾਂ ਲੈਂਦੀ ਨਹੀਂ ਇਹ, ਲਓ ਤਾਂ 5-4 ਦਿਨ ਵੀਰੇ। ਇਹਦਾ ਭਾਅ ਆਪਾਂ ਕੀ ਰੱਖਿਆ? ਭਾਅ ਦੇ ਜਾਂਗੇ ਵੀਰੇ 80,000 ਰੁਪਏ। 80,000 ਦੀ ਦੁੱਧ ਇਸ ਵਾਰ ਕਿੰਨੀ ਉਮੀਦ ਹੈ? ਦੁੱਧ ਵੀਰੇ 30+ ਕਰੂਗੀ। 30+ ਬੱਚੀ ਚੰਗੀ ਹੈ, ਰਾਜੀ ਰੂਜੀ ਬਹੁਤ ਜ਼ਿਆਦਾ ਆ, ਸਮੀ ਬੜੀ ਵੀ ਚੰਗੀ ਹੈ। ਸੋ ਵੀਰੋ ਚੌਥੇ ਨੰਬਰ ਵਾਲੀ ਬੈੜ ਦੇਖ ਸਕਦੇ ਹੋ,
पूरी क्वालिटी दे विच आ गई, आर्डर क्वालिटी चंगी आ, साफ सुथरी आ। भा इहदा अज दा 80,000 आ ते जिद्दे बैठ तैयार होगी। एक कापी बदना है नहीं, थले रहना कोई नहीं। क्वालिटी वगैरह ब्रीड वगैरह बहुत चंगी आ। दुध इहदा 25 किलो प्लस पहले सूए पाया हुआ, इस बार इस तो 28 दे दे, 30 दे दे, 30 किलो खुला दो जी, 30 आराम नाल ते बाकी कच्ची है। बाकी नाड़ा वगैरह देखो, मिल्की उस वगैरह क्वालिटी वगैरह बैठ दे विच बहुत चंगी आ, आर्डर क्वालिटी। तो बाकी फार्म के बच्चे आपको पता ही है, पशु तकरीबन सीवन वगैरह चंगे वरते आते हैं, क्वालिटी बैज पशु रख दिया, ता ही जाके फार्म का खर्चा वगैरह पूरा होंगे गा। ब्रीड से फार्म के ज़्यादा काम होंगे गा, बनना बहुत है बाले बाल पाया, मान लो जितने तैयार हुई ना खड़े बैठा नहीं है बैठ। ठीक है, ये सी अपने तीसरा नंबर, चौथा नंबर, हाँ सॉरी चौथा नंबर। तो अगे मेरे पांचवें नंबर गल करते हैं जी। हाँ जी, ये भी फार्म दिया बैठ ग्री, यहाँ भी 30 किलो दुध दिता गा पलूंगा, 30 किलो पलूंगा, बहुत चंगी है, थोड़ी जी कच्ची जरूर आ, कच्ची थोड़ी बहुत ज्यादा लगती है ना। हां जी, ले लो 14-15 दिन। ठीक है, ब्रीड आ गई है, जेडे बंदे नु परखा है चीज कच्ची कुची कोई नहीं देखदा। ठीक है, आया कहंदा भी ब्रीड मिलनी चाहिए, मुरे सैल होना फोन, तुम्हें पता ही है। ए दूध है इस बार एस्टीमेट 30 प्लस दे उबरे, 30 किलो दित्ता होया खुदा ही बैठ गया। ते भा फिर इहदा वीरे, भा ये कच्ची है भाई, इहदा फोन ते करदा। ठीक है, कच्ची आ गई, पांचवें नंबर ते आ गई, ब्रीड दे विच आ गई चंगी। फार्म दे विच सारे वीर वीर ने डायरेक्ट बड़ा परचेस कीता तौर ते। बाकी एक गल होर है जी, इक बंदा आ कहंदा भी इहदा भा करता है कीता नहीं, ये कच्ची करके नहीं कीते वीरे, जे ओदा मान ला वड्डा भा सी ना, आपां वड्डा भी दस्सियागा। ठीक है, 80,000 दी बैठ देवांगे ओहो। ठीक है, जिहड़ी तू पहला आपां वीडियो आ ये पता भी कच्चा पशु जी कच्ची है तां करके नहीं आपां, हां दोबारे कवर ही करनी पै जांदी कई बार। ते आ गई अपनी पांचवें नंबर ते, बच्ची चंगी है जात पात दे विच, पूरी क्वालिटी वाइज आ गई, क्योंकि जेकर फोन ते पता करोगे रेट तैयार होने 10-12,000 पशु है, तो बड़े लिए आपको सस्ता मिलेगा, क्योंकि जो पशु तैयार हो जाए, पशु जवानी से होंगे, पूरी जमा आपके जोश से होंगे, उदो पशु ऐटोमैटिक 5-10,000 रुपया महंगा मिलता आपको। तो कच्चा पशु खरीदने का यही मकसद होंगे कि घर पशु जीव वगैरह भी चंगा ला लेंदा, तो दुध भी चंगी पैदावार करूगी। पांचवें नंबर से आ गई, दूसरा सूआ सुनी है, कुछ दिन ये पेंडिंग है, सूझ बैड बहुत चंगी है, क्वालिटी के बच्चा लैग स्कोर वगैरह भी चंगा है, प्रिंट वाइज भी बैड चंगी है, हाइट वगैरह लेंथ वगैरह बॉडी वेट भी बहुत वधिया है। हाँ जी, मेरे छेवां नंबर जी बैठ देखते पे आप, मतलब कि सूआ जी भी दूजा सूआ जी, मुँह शेर आता। ठीक है, पलूण बस जरा 35 किलो दुध दिता गया वीरे, फार्म की बैठ आ बहुत ज्यादा चंगे फार्म दी, अपने को सारी वीडियो वगैरह जी बनी हुई है, टैग जी पे 7 नंबर दा, 7 नंबर टैग है जी। ठीक है, इस बार पा दू ਵੀਰੇ 35 ਪਲੱਸ ਦੇਊਗੀ, ਦੇਖੋ 37 ਦੇ 38 ਦੇ 40 ਦੇ ਦੇ, ਅਸਲ ਦੇ ਵਿੱਚ ਦੁੱਧ ਆ ਜੀ ਸੇਵਾ, ਜਿਹੜੇ ਬੰਦੇ ਨੇ ਮੰਨ ਲਓ ਜੀ ਫਾਰਮਰ ਬੰਦਾ ਲੈ ਗਿਆ ਕੋਈ, ਉਹ ਤਾਂ ਇਹਦੋਂ ਜਿੰਨਾ ਮਰਜ਼ੀ ਵੀ ਲੈ ਲੇ। ਠੀਕ ਹੈ, ਜੇ ਮੰਨ ਲਾ ਵੀ ਆਪਾਂ ਬੰਨ ਕੇ ਰੱਖਣ ਵਾਲੀ ਗੱਲ ਕਰਦੇ ਆਂ ਵੀ ਬੰਨੀ ਹੋਈ ਗਾਂਗੀ, ਤਾਂ ਵੀ 35 ਕਿਲੋ ਇਹਨੇ ਦੇਣਾ ਹੀ ਆਰਾਮ, ਬੰਨੀ ਮੈਂ 2000 ਕਿਲੋ ਘੱਟ ਦਿੰਦੀ ਹਾਂ, 5 ਕਿਲੋ ਦਾ ਫਰਕ ਪੈ ਜਾਂਦਾ ਜੀ ਖੁੱਲੀ ਛੱਡਣ ਨਾਲ ਤੇ ਬੰਨਣ ਨਾਲ। ਠੀਕ ਹੈ, ਤੇ ਦਿਨ ਸਹੀ ਕਿੰਨੇ ਇਹਦੇ? ਇਹਦੇ ਰਹਿੰਦੇ ਵੀਰੇ 20 ਦਿਨ ਦੇ, 20 ਦਿਨ ਸੂਣ ਚ ਬਾਕੀ ਆ। ਹਾਂਜੀ, ਹਲੇ ਤਾਂ ਫਿਰ ਇੱਕ ਘੰਟਾ ਟ੍ਰਾਈਜੇਸ਼ਨ ਮਿਲਣਾ ਚਾਹੀਦਾ, ਇੱਕ ਘੰਟਾ ਭਾਲ ਦਿਆ ਬਈ ਟ੍ਰਾਂਜੈਕਸ਼ਨ ਦਾ, ਜਿਵੇਂ ਤੁਹਾਡੇ ਕੋਲ ਪਸ਼ੂ ਕੱਚਾ ਆ ਜਾਂਦਾ ਤੁਸੀਂ ਫਿਰ ਪਾਉਣੇ ਹੋ ਟ੍ਰਾਈਜੇਸ਼ਨ, ਟ੍ਰਾਂਜੈਕਸ਼ਨ ਪਾਉਣੇ ਆ ਬਈ ਕੱਚੇ ਡੰਗਰ ਨੂੰ। ਠੀਕ ਹੈ, ਹਾਂ ਵਿੱਚ ਬੰਦੇ ਮੇਰੀ ਪਰਸੋਂ ਵੀ ਇੱਕ ਬੰਦੇ ਨਾਲ ਗੱਲ ਹੋਈ ਸੀਗੀ, ਪਹਿਲਾਂ ਆਪਣੇ ਕੋਲੇ ਗਾਂ ਸੀਗੀ, ਮੰਨ ਲਾ ਵੀ ਆਪਣਾ ਰੇਟ ਘੱਟ ਮੰਗਿਆ ਹੋਇਆ ਸੀਗਾ। ਠੀਕ ਹੈ, ਤੇ ਉਹ 15 ਦਿਨ ਆਪਾਂ ਗਾਂ ਸਾਮੀ ਵੀਰੇ, ਦੇਖੋ ਤੁਹਾਨੂੰ ਵੀ ਪਤਾ 15 ਦਿਨਾਂ 5-4 ਹਜ਼ਾਰ ਰੁਪਏ ਆਪਾਂ ਖਵਾਤਾ ਉਹਨੂੰ, ਬਹੁਤ ਜ਼ਿਆਦਾ ਸੇਵਾ ਕੀਤੀ ਤੇ ਗਾਂ ਬਹੁਤ ਤਿਆਰ ਹੋ ਗਈ। ਠੀਕ ਹੈ, ਮੰਨ ਲਾ ਉਹ ਚੀਜ਼ ਦੇ ਵਿੱਚ ਹੁਣ ਇਹਨਾਂ ਦਾ ਰੇਟ ਤਾਂ ਨਹੀਂ ਕਰੇ ਮੈਂ ਅੱਜ ਵੀ, ਨਹੀਂ ਮੈਂ ਰੇਟ ਕਰ ਦਿੰਦਾ ਜਿਹੜੀਆਂ ਕੱਚੀਆਂ ਗਾਵਾਂ ਨੇ। ਉਹ ਵੀਰ ਕਹਿੰਦਾ ਯਾਰ ਤੂੰ ਉਹਦੇ ਵੀਡੀਓ ਤਾਂ ਇੰਨੇ ਮੰਗੇ ਸੀ, ਅੱਜ ਤੂੰ 4,000 ਵੱਧ ਮੰਗਦਾ, ਉਹ ਮੰਗੇ ਆਪਾਂ ਵੀਰੇ ਉਹਦੀ ਕੇਅਰ ਦੀ ਸੀ ਹਨਾ, ਆ ਖਾ ਗਈ ਕਈ ਦਿਨ ਹਨਾ, ਉਹ ਚੀਜ਼ ਆ ਵੀ ਤਾਂ ਹੀ ਇਹਨਾਂ ਦੇ ਮੈਂ ਰੇਟ ਨਹੀਂ ਕਰੇ, ਕੱਚੀਆਂ ਗਾਵਾਂ ਦੇ ਨਹੀਂ ਆਪਾਂ ਰੇਟ ਵੀ ਕਰ ਦਿੰਦੇ, ਕੋਈ ਦਿੱਕਤ ਨਹੀਂ ਸੀਗੀ, ਇਹਨੂੰ ਤੋਰ ਮੜਾ। ਸੋ ਉਹ 6ਵੇਂ ਨੰਬਰ ਵਾਲੀ ਬੈੜ ਦੇਖ ਸਕਦੇ, ਪੂਰੀ ਚੰਗੀ ਵੱਡੀ ਬੈੜਾਂ ਦੇ ਵਿੱਚ ਆਉਂਦੀ ਹੈਗੀ, ਤੇ ਫੁੱਲ ਰਿਕਾਰਡਡ ਤੇ ਬਰੀਡ ਦੇ ਵਿੱਚ ਆ। ਬਾਕੀ ਪੈਠ ਬੁੜਾ ਦੇਖੋ, ਇਹਦਾ ਕੁਆਲਿਟੀ ਵਗੈਰਾ ਬਹੁਤ ਚੰਗੀ ਹੈ ਬੈੜ ਦੇ ਵਿੱਚ। 20 ਦਿਨ ਸੂਣ 'ਚ ਇਕੱਲੇ ਪੈਂਡਿੰਗ ਆ, ਹੋਰ ਕੋਈ ਨੁਕਸ ਨਹੀਂ, ਨੁਕਸ ਇੱਕ ਹੈਗਾ ਉਹ ਇਕੱਲੀ ਕੱਚੀ ਦਾ, ਅਤੇ ਇਹ ਵੀ ਨੁਕਸ 20 ਦਿਨ ਉਹਨਾਂ ਨੇ ਵਹਿਮ ਦੂਰ ਕਰ ਦੇਣਾ, ਅਤੇ 34-35 ਲੀਟਰ ਦੁੱਧ ਤਕਰੀਬਨ ਆਰਾਮ ਨਾਲ ਦੇ ਦੇਣਾ ਇਹਨੇ ਕੁਆਲਿਟੀ ਬੈਜ ਆ। ਮੁੱਲ ਵੀਰ ਕਹਿੰਦਾ ਫੋਨ 'ਤੇ ਕਰਾਂਗੇ, ਸੀਮਨ ਵੀ ਇਹਦੇ ਫਿਰ ਚੰਗਾ ਹੀ ਲੱਗਿਆ ਹੋਊਗਾ, 66 ਸੀਮਨ ਸਾਰਾ ਕਨਫਰਮ ਕਰ ਦੋ। ਠੀਕ ਹੈ, ਸੂਏ ਸੀਗੀ 6ਵੇਂ ਨੰਬਰ ਵਾਲੀ ਗੱਬਣ, ਅਤੇ ਆਪਾਂ ਦਿਖਾਤੇ ਤੁਹਾਨੂੰ 6 ਨਗ ਟੋਟਲ, ਇੱਕ ਸੂਈ ਹੋਈ 98785 84 99 98785 84 99। ਵੀਰ ਦਾ ਕੰਟੈਕਟ ਨੰਬਰ ਆ, ਪਿੰਡ ਧੌੜਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਗਿਆ। ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਤਾਂ ਇਸ ਨੰਬਰ 'ਤੇ ਕੰਟੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ।